हड मास नाड़ियां दाए पिंजर जीदा बंदिया मान कर दाए हड मास नाड़ियां दा पिंजर जीदा तू कमान कर दाए जय जय कार।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ। ਧੰਨ ਧੰਨ ਸੰਤ ਮਹਾਰਾਜ ਸੁਖਦੇਵ ਸਿੰਘ ਜੀ ਦੇ ਅੱਜ ਕੋਠੀ ਦੇ ਵਿੱਚ, ਇਹ ਅੱਜ ਤੋਂ ਕੋਠੀ ਨਹੀਂ ਹੈ, ਅੱਜ ਤੋਂ ਆਪਾਂ ਇਹਨੂੰ ਤਪ ਸਥਾਨ ਦਾ ਜਿਹੜਾ ਹੈਗਾ ਨਾਂ ਹੈ ਉਹ ਹਰੇਕ ਸੰਗਤ ਨੇ ਲੈਣਾ ਹੈ, ਕਿਉਂਕਿ ਕੋਠੀਆਂ ਸੰਗਤ ਲੋਕਾਂ ਦੀਆਂ ਹੁੰਦੀਆਂ ਨੇ, ਪਰ ਜਿਹੜਾ ਹੈ ਸਾਧੂ ਦਾ ਤਪ ਸਥਾਨ ਅੱਜ ਤੋਂ ਬਾਅਦ ਇਹ ਕਿਸੇ ਨੇ ਸੰਗਤ ਨੇ, ਕਿਉਂਕਿ ਹਰੇਕ ਨੂੰ ਥੋੜ੍ਹਾ ਬੜਾ ਜਿਹੜੀ ਨਵੀਂ ਸੰਗਤ ਆਉਂਦੀ ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਤੇ ਉਹ ਕਹਿ ਦਿੰਦੇ ਨੇ ਕੋਠੀ 'ਚ ਜਾਣਾ ਹੈ। ਇਹ ਕੋਠੀ ਨਹੀਂ ਹੈ, ਇਹ ਅੱਜ ਤੋਂ ਤਪ ਸਥਾਨ ਹੈ। ਵਾਹਿਗੁਰੂ। ਅੱਛਾ, ਸਾਰੀ ਸੰਗਤ ਦਾ ਧੰਨਵਾਦ ਜਿਹੜੀ ਸੰਗਤ ਨੇ ਘਰਾਂ ਦੇ ਵਿੱਚ ਬਹਿ ਕੇ ਜਾਂ ਇੱਥੇ ਵੀ ਅਖੰਡ ਪਾਠ ਸਾਹਿਬ, ਸਹਿਜ ਪਾਠ, ਜਾਪ, ਕਿਸੇ ਸੁਖਮਨੀ ਸਾਹਿਬ ਦੇ ਪਾਠ, ਕਿਸੇ ਮੂਲ ਮੰਤਰ ਦੇ, ਕਿਸੇ ਵਾਹਿਗੁਰੂ ਮੰਤਰ ਦੇ ਜਾਪ ਕੀਤੇ ਨੇ, ਸਾਰਿਆਂ ਦਾ ਧੰਨਵਾਦ। ਕੁਝ ਕੁ ਸੰਗਤਾਂ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ, ਜਿੱਦਣ ਮੈਂ ਢਿੱਲਾ ਹੋਇਆ ਸੀਗਾ ਅਤੇ ਸਾਰਿਆਂ ਨੂੰ ਐਂ ਸੀ ਵੀ ਪਤਾ ਲਈਏ ਕਿੱਥੇ ਨੇ, ਕੀ ਗੱਲ ਹੈ ਕੀ ਨਹੀਂ, ਅਤੇ ਅੱਜ ਤਾਂ ਕਰਕੇ ਸਾਰਿਆਂ ਨੂੰ ਦਰਸ਼ਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਤੇ ਸਾਰਿਆਂ ਨੂੰ ਮਿਲਣਾ ਸੀ, ਸੰਗਤ ਦੇ ਦਰਸ਼ਨ ਮੈਂ ਕਰਨੇ ਸੀਗੇ ਤਾਂ ਬੁਲਾਇਆ ਸੀ, ਅਤੇ ਸਾਰੀ ਸੰਗਤ ਦਾ ਧੰਨਵਾਦ। ਅਤੇ ਬਾਕੀ ਆ 'ਚ ਆਪਾਂ ਸਰੋਪਿਆਂ ਦੀ ਰਸਮ ਕਰਨੀ ਹੈ, ਹੁਣ ਆਨੰਦ ਸਾਹਿਬ ਦਾ ਪਾਠ ਹੋਏਗਾ, ਆਨੰਦ ਸਾਹਿਬ ਦਾ ਪਾਠ ਤੋਂ ਬਾਅਦ ਅਰਦਾਸ ਹੋਏਗੀ, ਦੇਗ ਲੈ ਕੇ ਸਰੋਪਿਆਂ ਦਾ ਨਾਂ ਜਿਹਦਾ ਜਿਹਦਾ ਬੋਲਿਆ ਜਾਊਗਾ ਸਾਰਿਆਂ ਨੇ ਪਿਆਰ ਨਾਲ ਆਉਣਾ, ਕਿਉਂਕਿ ਸਾਰੀ ਸੰਗਤ ਜਿਹੜੀ ਹੈ ਇਹ ਸੰਤ ਮਹਾਰਾਜ ਸੁਖਦੇਵ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਸਭ ਨੇ ਦਰਸ਼ਨ ਕੀਤੇ ਨੇ, ਕਿਸੇ ਦੀਆਂ ਬੱਚਿਆਂ ਨਾਲ ਕਿਸੇ ਦੇ ਘਰ ਪੁੱਤ ਹੈ, ਕਿਸੇ ਦੇ ਘਰ ਧੀ ਹੈ, ਕਿਸੇ ਦੇ ਘਰ ਧਨ ਹੈ, ਉਹ ਸਭ ਮਹਾਂਪੁਰਖਾਂ ਦੀ ਕਿਰਪਾ ਨਾਲ, ਕਿਉਂਕਿ ਬਚਨ ਜਦੋਂ ਕਰਦੇ ਹੁੰਦੇ ਸੀ ਮੈਂ ਬਹੁਤ ਸਾਰੀ ਸੰਗਤ ਨੂੰ ਸਾਰਿਆਂ ਨੂੰ ਜਾਣਦਾ, ਛੋਟਾ ਜਿਹਾ ਸੀਗਾ ਮੈਂ 13 ਸਾਲਾਂ ਦਾ, ਸੰਗਤ ਦੇ ਹੱਥਾਂ ਦੇ ਵਿੱਚ ਹੀ ਮੈਂ ਪਲਿਆ ਵਾਂ, ਭਾਵੇਂ ਕਿ ਮੈਨੂੰ ਬਹੁਤ ਸਾਰਾ ਜਦੋਂ ਸੰਤ ਮਹਾਰਾਜ ਤੋਂ ਬਾਅਦ ਧੱਕਾ ਲੱਗਾ ਬਹੁਤ ਵੱਡਾ, ਮੈਨੂੰ ਵਿਛੋੜਾ ਪਿਆ, ਕਿਉਂਕਿ ਮੈਂ ਬਹੁਤ ਜ਼ਿਆਦਾ ਮਹਾਰਾਜ ਨਾਲ ਪਿਆਰ ਕਰਦਾ ਸੀ, ਅਤੇ ਮੇਰੇ ਨਾਲ ਵੀ ਬਹੁਤ ਪਿਆਰ ਕਰਦੇ ਸੀਗੇ, ਮੈਨੂੰ ਹਰ ਟਾਈਮ ਬੁੱਕਲ 'ਚ ਰੱਖਦੇ ਸੀਗੇ, ਸਾਰੀ ਸੰਗਤ ਨੂੰ ਪਤਾ ਹੈ। ਔਰ ਸੰਗਤਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਜਾਣਾ ਸੰਤ ਮਹਾਰਾਜ ਨਾਲ, ਅਤੇ ਸਾਰੀ ਸੰਗਤ ਨੇ ਉਸਨੇ ਮੈਨੂੰ ਪਿਆਰ ਦਿੱਤਾ, ਅਤੇ ਸਾਰਿਆਂ ਦਾ ਧੰਨਵਾਦ ਬਹੁਤ ਜ਼ਿਆਦਾ। ਮੈਂ ਠੀਕ ਹਾਂ, ਅੱਗੋਂ ਤੋਂ ਵੀ ਅਰਦਾਸ ਕਰਨੀ ਹੈ, ਮੈਂ ਹੁਣ ਜੇ ਤੁਸੀਂ ਅਰਦਾਸਾਂ ਕਰਕੇ ਮੈਨੂੰ ਬਚਾਇਆ ਹੈ ਅਤੇ ਮੇਰੀ ਸਾਰੀ ਉਮਰ ਤੁਹਾਡੇ ਚਰਨਾਂ 'ਚ ਔਰ ਤੁਹਾਡੀ ਸੇਵਾ 'ਚ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸੰਤ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਮੈਂ ਸੇਵਾ ਕਰਾਂ, ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਸ ਨਾੜੀਆਂ ਦਾ ਏ ਪਿੰਜਰਾ, ਜਿਹਦਾ ਬੰਦਿਆ ਮਾਣ ਕਰਦਾ ਹੈ ਅਡਮਾ।